ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਤੁਹਾਡਾ ਮੇਰਾ ਸਾਥ ਹੋਇਆ ਕਰਦਾ ਹੈ ਮੰਡੇ ਟੂ ਫਰਾਈਡੇ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ ਦੋ ਵਾਰੀ ਸਾਂਝ ਪਾਇਆ ਕਰਨੇ ਹਾਂ, ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਐਜੂਕੇਟ ਕੀਤਾ ਜਾਏ ਤਾਂ ਕਿ ਤੁਸੀਂ ਇੰਪਾਵਰ ਹੋ ਸਕੋ ਅਤੇ ਸਹੀ ਫੈਸਲੇ ਕਰ ਸਕੋ। ਇਸ ਨੂੰ ਹੀ ਮੁੱਖ ਰੱਖਦੇ ਹੋਏ ਅੱਜ ਅਸੀਂ ਗੱਲਬਾਤ ਕਰਾਂਗੇ ਸੁਖਬੀਰ ਅਤੇ ਸ਼ਿਵਾਨੀ ਸੋਬਤੀ ਨਾਲ, ਜਿਹੜੇ ਕਿ ਸਾਡੇ ਨਾਲ ਸਾਂਝ ਪਾਉਣਗੇ ਕਿ ਮੌਰਗੇਜ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦਾ ਕੀ ਫਰਕ ਹੈ ਅਤੇ ਇਸ ਦੇ ਵਿੱਚ ਕੀ ਬੈਨੀਫਿਟਸ ਨੇ ਜਾਂ ਕੀ ਨੁਕਸਾਨ ਨੇ। ਜਦੋਂ ਵੀ ਅਸੀਂ ਘਰ ਖਰੀਦਦੇ ਹਾਂ ਤਾਂ ਆਫਕੋਰਸ ਸਾਨੂੰ ਇੰਸ਼ੋਰੈਂਸ ਲੈਣੀ ਪੈਂਦੀ ਹੈ। ਆਮ ਤੌਰ ਦੇ ਉੱਤੇ ਜਦੋਂ ਅਸੀਂ ਬੈਂਕ ਤੋਂ ਲੈਂਦੇ ਹਾਂ ਮੌਰਗੇਜ ਤਾਂ ਸਾਨੂੰ ਉੱਥੇ ਮੌਰਗੇਜ ਇੰਸ਼ੋਰੈਂਸ ਦੇ ਦਿੱਤੀ ਜਾਂਦੀ ਹੈ। ਇਸ ਨਾਲ ਕੀ ਜਿਹੜਾ ਕਸਟਮਰ ਹੈ ਉਸਨੂੰ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਹੁੰਦਾ ਹੈ, ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਦੋਨਾਂ ਹੀ ਮਹਿਮਾਨਾਂ ਦੇ ਨਾਲ। ਜੈ ਹਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਸੋ ਸ਼ੁਰੂਆਤ ਕਰਦੇ ਜੀ, ਜਦੋਂ ਮੌਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇਹ ਜ਼ਰੂਰੀ ਹੁੰਦਾ ਜਦੋਂ ਤੁਸੀਂ ਮੌਰਗੇਜ ਖਰੀਦੀਏ ਕਿ ਤੁਹਾਨੂੰ ਇੰਸ਼ੋਰੈਂਸ ਲੈਣੀ ਪਏਗੀ? ਦਿਸ ਇਜ਼ ਨੋਟ ਅ ਕੰਪਲਸ਼ਨ, ਕੰਪਲਸ਼ਨ ਨਹੀਂ ਹੁੰਦੀ, ਪਰ ਮੌਰਗੇਜ ਇੰਸ਼ੋਰੈਂਸ ਹੋਣਾ ਬਹੁਤ ਜ਼ਰੂਰੀ ਹੈ ਜਾਂ ਮੌਰਗੇਜ ਨੂੰ ਪ੍ਰੋਟੈਕਟ ਕਰਨਾ ਜ਼ਰੂਰੀ ਹੁੰਦਾ। ਜਿਸ ਤਰ੍ਹਾਂ ਅਸੀਂ ਸਮਝੋ ਐਗਜ਼ਾਮਪਲ, 5 ਲੱਖ ਦੀ ਮੌਰਗੇਜ ਲਿੱਤੀ ਐਂਡ ਅਨਫੋਰਚੁਨੇਟਲੀ 1-2 ਸਾਲ ਬਾਅਦ ਉਸ ਬੰਦੇ ਨੂੰ ਕੁਛ ਹੋ ਜਾਂਦਾ, ਤਾਂ ਜਿਹੜਾ ਘਰ ਹੈ ਉਹ ਵਾਪਸ ਬੈਂਕ ਨਾ ਲੈ ਜਾਏ ਜਾਂ ਪਿੱਛੇ ਜਿਹੜਾ ਰਹਿੰਦਾ ਉਸਦੇ ਉੱਪਰ ਕੋਈ ਬਰਡਨ ਨਾ ਪਏ, ਉਸ ਵਾਸਤੇ ਸਾਡੀ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੁੰਦੀ ਹੈ। ਓਕੇ, ਸੋ ਇੱਕ ਪ੍ਰੋਟੈਕਸ਼ਨ ਹੋ ਗਈ ਜੀ ਇੰਸ਼ੋਰੈਂਸ ਲੈਣੀ, ਜਿਹੜਾ ਸਾਨੂੰ ਇਹ ਤਾਂ ਪਤਾ ਹੈਗਾ। ਪਰ ਹੁਣ ਬੈਂਕ 'ਚੋਂ ਜਦੋਂ ਤੁਸੀਂ ਲੈ ਲਈ ਮੌਰਗੇਜ ਲੈ ਲਈ ਹੈਗੀ, ਮਿਸਾਲ ਦੇ ਤੌਰ 'ਤੇ ਤੁਸੀਂ 6 ਲੱਖ ਦਾ ਸਪੋਜ਼ ਇਹ ਘਰ ਲਿਆ ਅਤੇ 5 ਲੱਖ ਦੀ ਤੁਸੀਂ ਮੌਰਗੇਜ ਲੈ ਲਈ, ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਵੀ ਹੈਗੀ ਹੈ, ਸੋ ਕੀ ਤਦ ਵੀ ਤੁਹਾਨੂੰ ਜ਼ਰੂਰੀ ਹੁੰਦਾ ਸ਼ਿਵਾਨੀ ਜੀ ਕਿ ਤੁਸੀਂ ਮੌਰਗੇਜ ਲੈਣੀ ਹੈਗੀ? ਉਸ ਟਾਈਮ ਅਸੀਂ ਇਹ ਦੇਖਦੇ ਹਾਂ ਕਿ ਜੇ ਕਿਸੇ ਕਲਾਇੰਟ ਕੋਲ ਆਲਰੇਡੀ ਕੋਈ ਇੰਸ਼ੋਰੈਂਸ ਹੈਗੀ ਹੈ, ਟਰਮ ਹੈਗੀ ਹੈ ਜਾਂ ਜਿਹੜੀ ਵੀ ਹੈਗੀ ਹੈ, ਉਹ ਕਿੰਨੀ ਅਮਾਊਂਟ ਦੀ ਲਿੱਤੀ ਹੋਈ ਹੈ ਉਹਨੂੰ, ਕਿ ਜਿੰਨੀ ਉਹਨੇ ਮੌਰਗੇਜ ਅੱਜ ਲਿੱਤੀ ਹੈ, ਲੈਟਸ ਜੇ ਉਹਦੇ ਕੋਲ 5 ਲੱਖ ਦੀ ਉਹਨੇ ਆਲਰੇਡੀ ਇੰਸ਼ੋਰੈਂਸ ਲਿੱਤੀ ਹੈ ਅਤੇ ਅੱਜ ਉਹਨੇ 5 ਲੱਖ ਦੀ ਮੌਰਗੇਜ ਚੁੱਕੀ ਹੈ, ਸੋ ਉਹਨੂੰ ਹੋਰ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਹੈ। ਪਰ ਲੈਟਸ ਜੇ ਉਹਦੇ ਕੋਲ ਆਲਰੇਡੀ ਇੰਸ਼ੋਰੈਂਸ 2 ਲੱਖ ਦੀ ਹੈ ਅਤੇ ਅੱਜ ਉਹਨੇ ਮੌਰਗੇਜ 5 ਲੱਖ ਦੀ ਲਿੱਤੀ ਹੈ, ਸੋ ਉਹ ਜਿਹੜਾ 3 ਲੱਖ ਦਾ ਜਿਹੜਾ ਸ਼ੋਰਟੇਜ ਹੈ ਉਹ ਥਰੂ ਆਪਣਾ ਟਰਮ ਇੰਸ਼ੋਰੈਂਸ ਲੈ ਕੇ ਜਾਂ ਜਿਹੜੀ ਵੀ ਇੰਸ਼ੋਰੈਂਸ ਯੂਨੀਵਰਸਲ ਲਾਈਫ ਲੈ ਕੇ ਉਹਨੂੰ ਕਵਰ ਕਰ ਸਕਦਾ। ਸੋ ਅਸੀਂ ਉਹ ਦੇਖ ਕੇ ਉਹ ਦੇਖਦੇ ਹਾਂ ਕਿ ਓਕੇ ਉਹਦੀ ਇੰਸ਼ੋਰੈਂਸ ਕਿੰਨੀ ਹੈ ਅਤੇ ਮੌਰਗੇਜ ਕਿੰਨੀ ਚੁੱਕੀ ਹੈ। ਓਕੇ, ਸੋ ਐਡਵਾਂਟੇਜ ਕੀ ਹੁੰਦਾ ਜੀ ਜਦੋਂ ਤੁਸੀਂ ਇੰਸ਼ੋਰੈਂਸ ਦੀ ਅਸੀਂ ਗੱਲ ਕਰਦੇ ਹਾਂ, ਤਾਂ ਤੁਸੀਂ ਇੱਕ ਟੋਪਿਕ ਦੇ ਉੱਤੇ ਗੱਲਬਾਤ ਕਰਦੇ ਹੋਏ ਸਾਡੇ ਨਾਲ ਸਾਂਝ ਪਾਈ ਸੀ ਕਿ ਜਦੋਂ ਵੀ ਇੰਸ਼ੋਰੈਂਸ ਲੈਣੀ ਹੈ ਤਾਂ ਤੁਹਾਨੂੰ ਆਫਕੋਰਸ ਮੈਡੀਕਲ ਕਰਵਾਉਣਾ ਪੈਂਦਾ ਹੈਗਾ, ਕੀ ਬੈਂਕ 'ਚੋਂ ਜਦੋਂ ਤੁਸੀਂ ਇੰਸ਼ੋਰੈਂਸ ਲੈਂਦੇ ਹੋ ਤਾਂ ਮੌਰਗੇਜ ਇੰਸ਼ੋਰੈਂਸ ਲਈ ਮੈਡੀਕਲ ਲੈਣਾ ਪੈਂਦਾ? ਕਈ ਵਾਰ ਜਿਸ ਤਰ੍ਹਾਂ ਬੈਂਕ ਮੌਰਗੇਜ ਇੰਸ਼ੋਰੈਂਸ ਕਰਨ ਤੋਂ ਪਹਿਲੇ ਮੈਡੀਕਲ ਕਰਵਾਉਂਦੇ ਆ, ਕਈ ਵਾਰ ਸਿਰਫ ਅਪਫਰੰਟ ਪੇਪਰ 'ਤੇ ਹੀ ਉਹ ਪੁੱਛਦੇ, ਹਾਂਜੀ ਤੁਹਾਨੂੰ ਬਲੱਡ ਪ੍ਰੈਸ਼ਰ ਤਾਂ ਨਹੀਂ, ਤੁਹਾਨੂੰ ਤੁਸੀਂ ਡਾਇਬੈਟਿਕ ਤਾਂ ਨਹੀਂ, ਬਸ ਇਸ ਤਰ੍ਹਾਂ ਕੁਸ਼ਚਨਸ ਪੁੱਛਦੇ ਆ। ਔਰ ਨੋਰਮਲੀ ਜਿਹੜੀ ਸਾਡੀ ਕਮਿਊਨਿਟੀ ਹੈ ਉਹ ਜੇ ਥੋੜ੍ਹਾ ਬਹੁਤ ਹੁੰਦਾ ਤਾਂ ਬੋਲ ਨੋ 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 ਸਾਰਾ ਟਿਕ ਕਰ ਦਿੰਦੇ ਆ, ਐਂਡ ਦੈਨ ਜੇ ਕੋਈ ਮਿਸਹੈਪਨਿੰਗ ਹੁੰਦੀ ਹੈ ਤਾਂ ਪੋਸਟ ਅੰਡਰਰਾਈਟਿੰਗ ਹੁੰਦੀ ਹੈ, ਮੀਨਸ ਜੇ ਕੋਈ ਮਿਸਹੈਪਨਿੰਗ ਹੋ ਗਈ ਉਸ ਵੇਲੇ ਅੰਡਰਰਾਈਟਿੰਗ ਹੋਏਗੀ ਤਾਂ ਉਹਨਾਂ ਨੇ ਸਾਰਾ ਡਾਕਟਰ ਤੋਂ ਇਨਫੋਰਮੇਸ਼ਨ ਲੈ ਕੇ ਫਿਰ ਉਹਨਾਂ ਨੇ ਡਿਸਾਈਡ ਕਰਨਾ ਕਲੇਮ ਦੇਣਾ ਜਾਂ ਨਹੀਂ ਦੇਣਾ। ਤੁਹਾਡਾ ਕਹਿਣਾ ਹੈ ਕਿ ਬੈਂਕ ਵਾਲੇ ਜਦੋਂ ਤੁਸੀਂ ਕਾਗਜ਼ ਭਰਦੇ ਹੋ ਉੱਥੇ ਮੌਰਗੇਜ ਇੰਸ਼ੋਰੈਂਸ, ਸਪੋਜ਼ ਮੈਂ ਮੌਰਗੇਜ 5 ਲੱਖ ਦੀ ਲਈ ਅਤੇ 5 ਲੱਖ ਦੀ ਉਹਨਾਂ ਨੇ ਮੈਨੂੰ ਮੌਰਗੇਜ ਇੰਸ਼ੋਰੈਂਸ ਦੇ ਦਿੱਤੀ, ਅਤੇ ਉਸ ਟਾਈਮ ਵੀ ਸਵਾਲ ਤੁਹਾਨੂੰ ਪੁੱਛਦੇ ਹੈਗੇ ਨੇ ਤਾਂ ਤੁਸੀਂ ਉਹਦਾ ਜੇਕਰ ਗਲਤ ਕਿਹਾ ਹੈ ਅਤੇ ਬਾਅਦ ਦੇ ਵਿੱਚ ਉਹ ਨਿਕਲ ਆਉਂਦੀ ਤਾਂ ਤੁਹਾਡਾ ਰਿਜੈਕਟ ਹੋ ਸਕਦਾ? ਹਾਂਜੀ, ਕਈ ਵਾਰ ਇਸ ਤਰ੍ਹਾਂ, ਹਾਂਜੀ ਕਈ ਵਾਰ ਹੁੰਦਾ ਇਸ ਤਰ੍ਹਾਂ, ਕਿਉਂਕਿ ਅਸੀਂ ਸਾਨੂੰ ਕੋਈ ਪ੍ਰੋਬਲਮ ਹੈ ਔਰ ਸਾਨੂੰ ਨਹੀਂ ਪਤਾ, ਉਹ ਤਾਂ ਵੱਖਰੀ ਗੱਲ ਹੈ। ਹਾਂ ਰਾਈਟ, ਬਟ ਜੇ ਤੁਸੀਂ ਡਿਲੀਬਰੇਟਲੀ ਸਪੋਜ਼ ਫੋਰ ਐਗਜ਼ਾਮਪਲ ਮੈਨੂੰ ਡਾਇਬੀਟੀਜ਼ ਹੈ ਤਾਂ ਉੱਥੇ ਮੈਨੂੰ ਪੁੱਛਿਆ ਗਿਆ ਤਾਂ ਮੈਂ ਨਾ ਕਰਨਾ ਅਤੇ ਬਾਅਦ ਦੇ ਵਿੱਚ ਉਸ ਕਾਰਨ ਕੁਝ ਹਾਦਸਾ ਵਾਪਰਿਆ ਤਾਂ ਤੁਹਾਡਾ ਇੰਸ਼ੋਰੈਂਸ ਕਲੇਮ ਨਹੀਂ ਮਿਲੇਗਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੀ ਮੌਰਗੇਜ ਇੰਸ਼ੋਰੈਂਸ ਹੈ ਇਹਦੇ ਵਿੱਚ ਪੋਸਟ ਕਲੇਮ ਅੰਡਰਰਾਈਟਿੰਗ ਕੀਤੀ ਜਾਂਦੀ ਹੈ, ਦੈਟ ਮੀਨਸ ਮੈਡੀਕਲ ਅਪਫਰੰਟ ਨਹੀਂ ਹੁੰਦਾ। ਓਕੇ, ਮੈਡੀਕਲ ਦੇ ਜੋ ਵੀ ਤੁਹਾਡੇ ਡਾਕਟਰ ਕੋਲੋਂ ਰਿਪੋਰਟਸ ਨੇ ਉਹ ਤੁਹਾਡੇ ਬਾਅਦ ਵਿੱਚ ਲਿੱਤੀਆਂ ਜਾਂਦੀਆਂ ਨੇ, ਉਸ ਤੋਂ ਪਹਿਲਾਂ ਜੇ ਤੁਸੀਂ ਪੇ ਕਰ ਰਹੇ ਹੋ ਜਾਂ ਜੋ ਵੀ ਹੈ ਉਹ ਸਿਰਫ ਤੁਹਾਡੇ ਉਹ ਕੁਐਸਚਨ ਆਨਸਰਸ ਦੇ ਬੇਸ ਤੇ ਤੁਸੀਂ ਉਹ ਮੌਰਗੇਜ ਇੰਸ਼ੋਰੈਂਸ ਲਿੱਤੀ ਹੋਈ ਹੈ। ਓਕੇ, ਦੈਟ ਇਜ਼ ਅ ਵੈਰੀ ਇੰਟਰਸਟਿੰਗ ਪੁਆਇੰਟ, ਕਿਉਂਕਿ ਆਮ ਤੌਰ ਤੇ ਅਸੀਂ ਤਾਂ ਇਹ ਸਮਝਦੇ ਹਾਂ ਕਿ ਤੁਸੀਂ ਇੰਸ਼ੋਰੈਂਸ ਲੈ ਲਈ, ਮੌਰਗੇਜ ਲੈ ਲਈਏ, ਮੌਰਗੇਜ ਇੰਸ਼ੋਰੈਂਸ ਹੋ ਗਈ, ਰੱਬ ਨਾ ਕਰੇ ਕੁਝ ਹੁੰਦਾ ਤਾਂ ਉਹ ਤਾਂ ਪੇਡ ਆਫ ਹੋ ਗਿਆ। ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਲੀਅਰ ਕਰਾਂਗਾ, ਜਿਸ ਤਰ੍ਹਾਂ ਜਦ ਅਸੀਂ ਮੌਰਗੇਜ ਇੰਸ਼ੋਰੈਂਸ ਲੈਂਦੇ ਹਾਂ ਤਾਂ 5 ਸਾਲ ਬਾਅਦ ਸਾਨੂੰ ਦੁਬਾਰਾ ਤੋਂ ਮੌਰਗੇਜ ਵਾਸਤੇ ਕੁਆਲੀਫਾਈ ਕਰਨਾ ਪੈਂਦਾ, ਤਾਂ ਉਸ ਵੇਲੇ ਦੁਬਾਰਾ ਤੁਹਾਡੀ ਜਿਹੜੀ ਇੰਸ਼ੋਰੈਂਸ ਅਮਾਊਂਟ ਹੈ ਉਹ ਫਰਕ ਹੋ ਸਕਦੀ ਹੈ। ਓਕੇ, ਪਰ ਜਦ ਅਸੀਂ ਆਪਣੀ ਪਰਸਨਲ ਲਾਈਫ ਇੰਸ਼ੋਰੈਂਸ ਲੈਂਦੇ ਹਾਂ ਉਸਦੇ ਵਿੱਚ ਜੇ ਅਸੀਂ ਟਰਮ 10 ਲਿੱਤੀ ਜਾਂ ਟਰਮ 20 ਲਿੱਤੀ ਤਾਂ 20 ਸਾਲ ਵਾਸਤੇ
ਅਮਾਊਂਟ ਫਿਕਸ ਹੋ ਜਾਂਦੀ ਹੈ, ਠੀਕ ਹੈ, ਕੰਪਨੀ ਫਿਕਸ ਕਰ ਦਿੰਦੀ ਹੈ, ਸਮਝੋ ਤੁਸੀਂ $20 ਦੇਣਾ ਹੈ 20 ਸਾਲ ਵਾਸਤੇ, ਤਾਂ ਉਹ 20 ਸਾਲ ਵਾਸਤੇ $20 ਹੀ ਰਹੇਗਾ, ਇਹ ਨਹੀਂ 5 ਸਾਲ ਬਾਅਦ ਦੁਬਾਰਾ ਤਾਂ ਉਹ 20 ਤੋਂ 22 ਹੋ ਜਾਏਗਾ, 25 ਹੋਏਗਾ, ਇਸ ਤਰ੍ਹਾਂ ਨਹੀਂ ਵਧੇਗਾ ਉਹ, ਠੀਕ ਹੈ, ਤਾਂ ਇਹ ਵੀ ਫਰਕ ਹੁੰਦਾ ਹੈ ਦਾ ਉਹ ਬੈਨੀਫਿਟ ਮਿਲ ਸਕਦਾ ਹੈ। ਅੱਛਾ, ਇੱਕ ਹੋਰ ਚੀਜ਼ ਅਸੀਂ ਸੁਣਿਆ ਕਿ ਜਦੋਂ ਤੁਸੀਂ ਮਾਰਗੇਜ ਇੰਸ਼ੋਰੈਂਸ ਲੈਂਦੇ ਹੋ ਤਾਂ ਆਫ ਕੋਰਸ ਤੁਸੀਂ ਪੇ ਬੈਕ ਕਰ ਰਹੇ ਹੋ ਆਪਣੀ ਮਾਰਗੇਜ ਨੂੰ, ਸਮੇਂ ਦੇ ਨਾਲ ਤੁਹਾਡਾ ਪ੍ਰਿੰਸੀਪਲ ਘਟ ਰਿਹਾ ਹੈਗਾ, ਇੰਸ਼ੋਰੈਂਸ ਦਾ ਜਿਹੜਾ ਤੁਹਾਡਾ ਇੰਟਰਸਟ ਹੈ। ਮਾਰਗੇਜ ਇੰਸ਼ੋਰੈਂਸ ਵਿੱਚ ਤਾਂ ਸਿਰਫ ਉਹ ਤੁਹਾਡਾ ਜਿਸ ਤਰ੍ਹਾਂ 5 ਲੱਖ ਦਾ ਹੈਗਾ ਉਹ ਤਾਂ 5 ਲੱਖ ਹੀ ਰਹਿਣਾ ਹੈਗਾ, ਅਤੇ ਜੇ ਕੱਲ੍ਹ ਨੂੰ ਕੁਝ ਹੁੰਦਾ ਤਾਂ ਉਹ ਤਾਂ ਸਾਰਾ ਬੈਂਕ ਨੂੰ ਚਲੇ ਜਾਣਾ, ਤਾਂ ਕਿਸੇ ਬੰਦੇ ਨੂੰ ਤਾਂ ਕੁਝ ਨਹੀਂ ਮਿਲੇਗਾ। ਇਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਦੋਂ ਤੁਸੀਂ ਮਾਰਗੇਜ ਇੰਸ਼ੋਰੈਂਸ ਲੈਂਦੇ ਹੋ ਤੁਹਾਡਾ ਬੈਨੀਫਿਸ਼ਰੀ ਕੌਣ ਹੈ, ਉਹ ਬੈਂਕ ਹੈ, ਰਾਈਟ, ਬਿਕੋਜ਼ ਜੇ ਕੁਝ ਤੁਹਾਨੂੰ ਹੋਏਗਾ ਤਾਂ ਬੈਂਕ ਪਹਿਲਾਂ ਆਪਣਾ ਜਿਹੜਾ ਲੋਨ ਹੈ ਉਹ ਪੂਰਾ ਕਰੇਗਾ, ਰਾਈਟ। ਸੋ ਇਹਦੇ ਵਿੱਚ ਬੇਸਿਕਲੀ ਉਹੀ ਹੋ ਜਾਂਦਾ ਕਿ ਜੇ ਤੁਸੀਂ ਪੇ ਕਰ ਰਹੇ ਹੋ, ਲੈਟਸ ਸੇ ਫੋਰ ਐਗਜ਼ਾਮਪਲ ਤੁਸੀਂ $100 ਪੇ ਕਰ ਰਹੇ ਹੋ, ਤੁਹਾਡੀ ਅੱਜ ਮੌਰਗੇਜ ਹੈਗੀ ਹੈ 5 ਲੱਖ ਦੀ, ਤੁਸੀਂ $100 ਪੇ ਕਰ ਰਹੇ ਹੋ, ਹੈ ਨਾ, ਜੇ ਉਹ 5 ਸਾਲ ਬਾਅਦ ਉਸ 5 ਲੱਖ ਦਾ $4 ਲੱਖ ਰਹਿ ਗਿਆ, ਈਵਨ ਦੈਨ ਤੁਸੀਂ ਉਹ $100 ਪੇ ਕਰ ਰਹੇ ਹੋ, ਉੱਧਰੋਂ ਤੁਹਾਡੀ ਉਹ ਡਿਕਰੀਜ਼ਿੰਗ ਅਮਾਊਂਟ ਹੋ ਰਹੀ ਹੈ ਫੇਸ ਅਮਾਊਂਟ, ਇੱਧਰ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਉਹ ਸੇਮ ਟੂ ਸੇਮ ਰਹਿ ਰਿਹਾ, ਰਾਈਟ। ਸੋ ਪਲੱਸ ਜੇ ਇਨ ਕੇਸ ਉਸ ਟਾਈਮ 'ਤੇ ਤੁਹਾਨੂੰ ਕੁਛ ਪ੍ਰੋਬਲਮ ਆਉਂਦੀ ਹੈ ਤਾਂ ਬੈਂਕ ਨੇ ਉਹ $4 ਲੱਖ ਦੇਣਾ ਹੈ, ਉਹ ਵੀ ਤੁਹਾਡੇ ਬੈਨੀਫਿਸ਼ਰੀ ਨੂੰ ਨਹੀਂ ਮਿਲੇਗਾ, ਉਹ ਬੈਂਕ ਨੂੰ ਹੀ ਜਾਏਗਾ। ਓਕੇ, ਹੋਰ ਕੀ ਐਡਵਾਂਟੇਜਸ ਤੋਂ ਤੁਹਾਡੇ ਦੋ ਗੱਲਾਂ ਤੋਂ ਜੋ ਨਿਕਲ ਰਿਹਾ ਕਿ ਇਨਸਟੈਡ ਆਫ ਮਾਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਜਿਹੜੀ ਇੱਕ ਬੈਟਰ ਆਪਸ਼ਨ ਹੈਗਾ, ਹੋਰ ਕਿਹੜੇ ਬੈਨੀਫਿਟਸ ਹੈਗੇ ਨੇ ਜੀ? ਲਾਈਫ ਇੰਸ਼ੋਰੈਂਸ ਦੇ ਵਿੱਚ ਹਮੇਸ਼ਾ ਇੱਕ ਤਾਂ ਕੰਟਰੋਲ ਸਾਡੇ ਹੱਥ ਵਿੱਚ ਰਹਿੰਦਾ ਹੈ, ਦੂਸਰੀ ਚੀਜ਼ ਜਿਸ ਤਰ੍ਹਾਂ ਸ਼ਿਵਾਨੀ ਨੇ ਦੱਸਿਆ, ਹਾਂ ਵੀ ਬੈਨੀਫਿਸ਼ਰੀਜ਼ ਦੇ ਵਿੱਚ ਅਸੀਂ ਆਪ ਹੋਵਾਂਗੇ ਕਿਉਂਕਿ ਅਸੀਂ ਪੇ ਕਰ ਰਹੇ ਹਾਂ, ਜਦ ਅਸੀਂ ਮੋਰਗੇਜ ਇੰਸ਼ੋਰੈਂਸ ਲੈਂਦੇ ਹਾਂ ਉਸਦੇ ਵਿੱਚ ਵੀ ਸਾਨੂੰ ਹੀ ਪੇ ਕਰਨਾ ਪੈਂਦਾ, ਪਰ ਬੈਨੀਫਿਸ਼ਰੀ ਜਿਹੜਾ ਉਹ ਬੈਂਕ ਬਣਦਾ, ਰਾਈਟ। ਜੇ ਅੱਜ ਤੋਂ 5 ਸਾਲ ਬਾਅਦ ਜਾਂ 10 ਸਾਲ ਬਾਅਦ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜਿੰਨੀ ਮੋਰਗੇਜ ਬੈਲੈਂਸ ਹੈ ਸਿਰਫ ਉਹੀ ਪੇ ਆਫ ਹੁੰਦੀ ਹੈ, ਜੇ ਅਸੀਂ ਅੱਜ ਸਟਾਰਟ ਕੀਤਾ ਸੀ 5 ਲੱਖ ਤੋਂ, 10 ਸਾਲ ਬਾਅਦ ਉਹ 3 ਲੱਖ ਰਹਿ ਗਿਆ ਤਾਂ 3 ਲੱਖ ਸਾਡਾ ਪੇਡ ਆਫ ਹੋ ਜਾਏਗਾ, ਪਰ 2 ਲੱਖ ਨਹੀਂ ਮਿਲੇਗਾ ਸਾਨੂੰ। ਪਰ ਜੇ ਅਸੀਂ ਉਹੀ ਸੇਮ ਚੀਜ਼ ਆਪਣੇ ਉੱਪਰ ਲਿੱਤੀ ਹੁੰਦੀ ਹੈ, ਆਪਣੀ ਪਰਸਨਲ ਲਾਈਫ ਇੰਸ਼ੋਰੈਂਸ ਲਿੱਤੀ, ਤਾਂ 5 ਲੱਖ ਦੀ ਲਿੱਤੀ ਹੈ ਤਾਂ 10 ਸਾਲ ਬਾਅਦ ਜੇ ਕੁਛ ਮਿਸ ਹੈਪਨਿੰਗ ਹੁੰਦੀ ਹੈ ਤਾਂ ਪੂਰਾ 5 ਲੱਖ ਹੀ ਮਿਲੇਗਾ ਬੈਨੀਫਿਸ਼ਰੀ ਨੂੰ, ਤਾਂ ਉਸਦੇ ਨਾਲ ਉਹ ਪੂਰਾ ਪੇ ਆਫ ਵੀ ਕਰ ਸਕਦੇ ਹੈ, ਜਾਂ ਜਿਸ ਤਰ੍ਹਾਂ ਪਹਿਲੇ ਮੰਥਲੀ ਇੰਸਟਾਲਮੈਂਟਸ ਦੇ ਰਹੇ ਸੀ ਉਸ ਤਰ੍ਹਾਂ ਇੰਸਟਾਲਮੈਂਟਸ ਦੇ ਸਕਦੇ ਹੈ। ਓਕੇ, ਐਂਡ ਉਹਦੇ 'ਚ ਐਡਵਾਂਟੇਜ ਇਹ ਹੋ ਗਿਆ ਕਿ ਤੁਸੀਂ ਇੱਕ ਤਾਂ ਡਿਪਰੀਸ਼ੀਏਟ ਜਿਹੜੀ ਤੁਹਾਡੀ ਹੋ ਰਹੀ ਹੈ ਮੌਰਗੇਜ ਦੀ, ਜਿਹੜਾ ਤੁਹਾਡਾ ਪ੍ਰੀਮੀਅਮ ਜਾ ਰਿਹਾ ਉਹਦੇ ਨਾਲ 5 ਲੱਖ ਦਾ, ਜੇ ਸਪੋਜ਼ 3.5-4 ਰਹਿ ਗਿਆ ਤਾਂ ਤੁਹਾਡੀ 4 ਬੈਂਕ ਨੂੰ ਚਲੇ ਜਾਏਗਾ, ਬਾਕੀ ਲੱਖ ਤਾਂ ਤੁਹਾਡੇ ਕੋਲ ਆਇਆ ਜਾਂ 50 ਜੋ ਵੀ ਹੈਗਾ, ਪਰ ਦੂਸਰੇ ਪਾਸੇ ਜੇ ਮੌਰਗੇਜ ਇੰਸ਼ੋਰੈਂਸ ਹੈ ਉਹ ਸਿਰਫ ਬੈਂਕ ਨੂੰ ਹੀ ਜਾਏਗੀ। ਪਲੱਸ ਮੈਂ ਇਹਦੇ 'ਚ ਹੋਰ ਐਡ ਕਰਨਾ ਚਾਹਾਂਗੀ ਕਿ ਜਿਹੜਾ ਤੁਹਾਡਾ ਮੈਡੀਕਲ ਹੁੰਦਾ ਮੌਰਗੇਜ ਇੰਸ਼ੋਰੈਂਸ ਉਹ ਬਾਅਦ 'ਚ ਹੋਏਗਾ, ਤੇ ਜੇ ਤੁਸੀਂ ਅੱਜ ਆਪਣੀ ਲਾਈਫ ਇੰਸ਼ੋਰੈਂਸ ਲੈ ਰਹੇ ਹੋ ਉਹਦੇ ਵਿੱਚ ਤੁਹਾਡਾ ਅਪਫਰੰਟ ਮੈਡੀਕਲ ਹੋਏਗਾ। ਸੋ ਲੈਟਸ ਸੇ ਜੇ ਉਹ ਕਿਧਰੇ ਡਿਕਲਾਈਨ ਆਉਂਦੀ ਹੈ ਜਾਂ ਤੁਹਾਡੀ ਹੈਲਥ ਨਹੀਂ ਠੀਕ ਹੈ, ਸੋ ਉਹ ਤੁਹਾਨੂੰ ਉਸੇ ਵਕਤ ਰਾਈਟ ਅਵੇ ਤੁਹਾਨੂੰ ਪਤਾ ਲੱਗ ਜਾਏਗਾ, ਐਜ਼ ਕੰਪੇਅਰਡ ਮੌਰਗੇਜ ਇੰਸ਼ੋਰੈਂਸ ਜਿਹੜਾ ਕਿ ਤੁਹਾਨੂੰ ਬਾਅਦ ਵਿੱਚ ਪਤਾ ਲੱਗੇਗਾ। ਪਲੱਸ ਜਿਹੜਾ ਤੁਸੀਂ ਮੌਰਗੇਜ ਨੂੰ ਆਪਾਂ ਜਦੋਂ ਰੀਫਾਈਨੈਂਸ ਕਰਵਾਉਂਦੇ ਹਾਂ ਜਾਂ ਅਸੀਂ ਕੋਈ ਆਪਾਂ ਫਾਈਨੈਂਸ਼ੀਅਲ ਸੈਂਟਰ ਚੇਂਜ ਕਰਨਾ ਹੈ, ਉਸ ਟਾਈਮ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਉਹ ਵੀ ਚੇਂਜ ਹੋ ਸਕਦਾ ਹੈ, ਜਾਂ ਤਾਂ ਉਹ ਅਪ ਜਾ ਸਕਦਾ ਜਾਂ ਅਕੋਰਡਿੰਗ ਟੂ ਯੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਉਹ ਚੇਂਜ ਕਰ ਸਕਦੇ ਨੇ। ਅਖੀਰ ਵਿੱਚ ਹੋਰ ਕੋਈ ਇਨਫੋਰਮੇਸ਼ਨ ਜਿਹੜੀ ਤੁਸੀਂ ਸਮਝਦੇ ਹੋ ਕਿ ਜ਼ਰੂਰੀ ਸਾਡੇ ਦਰਸ਼ਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਇਸ ਸੰਬੰਧ ਵਿੱਚ? ਦੋਨਾਂ ਵਿੱਚ ਜਿਸ ਤਰ੍ਹਾਂ ਕਲਾਇੰਟ ਨੇ ਤਾਂ ਪੇ ਕਰਨਾ ਹੀ ਹੈ, ਮੋਰਗੇਜ ਇੰਸ਼ੋਰੈਂਸ ਵਾਸਤੇ ਵੀ ਪੇ ਕਰਨਾ ਹੈ ਔਰ ਆਪਣੀ ਲਾਈਫ ਇੰਸ਼ੋਰੈਂਸ ਵਾਸਤੇ ਵੀ ਪੇ ਕਰਨਾ, ਤਾਂ ਉਸਨੂੰ ਪਤਾ ਹੋਣਾ ਚਾਹੀਦਾ ਮੈਂ ਕਿਸ ਵਾਸਤੇ ਕਿੰਨੇ ਪੈਸੇ ਪੇ ਕਰਨੇ ਔਰ ਉਸਦਾ ਮੈਨੂੰ ਬੈਨੀਫਿਟ ਲੌਂਗ ਰਨ ਦੇ ਵਿੱਚ ਕੀ ਹੋਏਗਾ। ਠੀਕ ਹੈ, ਜੇ ਅੱਜ ਉਹ ਮੋਰਗੇਜ ਇੰਸ਼ੋਰੈਂਸ ਲੈ ਲੈਂਦਾ ਹੈ ਤਾਂ ਉਹ ਸੇਮ ਅਮਾਊਂਟ ਪੇ ਕਰਦਾ ਰਹਿੰਦਾ ਕਰਦਾ, ਪਰ ਉਸਦੇ ਹੱਥ ਵਿੱਚ ਕੰਟਰੋਲ ਨਹੀਂ ਹੁੰਦਾ, ਉਹ ਕੰਟਰੋਲ ਤਾਂ ਬੈਂਕ ਦੇ ਹੱਥ ਵਿੱਚ। ਯਾ, ਜਦ ਉਸਨੇ ਲਾਈਫ ਇੰਸ਼ੋਰੈਂਸ ਲਿੱਤੀ, ਸਮਝੋ ਅੱਜ ਉਸਨੇ ਟਰਮ ਲਿੱਤੀ ਥੋੜ੍ਹੀ ਅਮਾਊਂਟ ਵਾਸਤੇ, ਥੋੜ੍ਹਾ ਅਮਾਊਂਟ ਪੇ ਕਰ ਰਿਹਾ, ਪਰ ਲੇਟਰ ਔਨ ਜੇ ਉਹ ਉਸਨੂੰ ਵਧਾਉਣਾ ਚਾਹੁੰਦਾ ਜਾਂ ਉਸਨੂੰ ਪਰਮਾਨੈਂਟ ਕਰਾਉਣਾ ਚਾਹੁੰਦਾ ਤਾਂ ਉਹ ਵੀ ਕਰਾ ਸਕਦਾ। ਸੋ ਇੱਕ ਫਲੈਕਸੀਬਿਲਿਟੀ ਆ ਗਈ ਵਿੱਚ, ਰਾਈਟ। ਐਂਡ ਅਗੇਨ ਲਾਸਟ ਕੁਐਸਚਨ ਇਹ ਹੈਗਾ ਕਿ ਕੀ ਇਹ ਜ਼ਰੂਰੀ ਨਹੀਂ ਹੈਗਾ ਬੈਂਕਸ ਕੋਲੋਂ ਲੈਣਾ, ਇਹ ਕਸਟਮਰ ਦੇ ਉੱਤੇ ਡਿਪੈਂਡ ਕਰਦਾ ਜਾਂ ਇਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੇ ਡਿਪੈਂਡ ਕਰਦਾ ਜਿੱਥੋਂ ਉਹ ਮੌਰਗੇਜ ਲੈ ਰਹੇ? ਨਹੀਂ, ਬੈਂਕ ਕਦੇ ਵੀ ਜਿਸ ਤਰ੍ਹਾਂ ਫੋਰਸ ਨਹੀਂ ਕਰ ਸਕਦਾ, ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ, ਪਰ ਇਹ ਹੋਣੀ ਚਾਹੀਦੀ ਹੈ, ਸਾਡੀ ਆਪਣੀ ਸਿਕਿਉਰਿਟੀ ਵਾਸਤੇ ਬਹੁਤ ਜ਼ਰੂਰੀ ਹੈ। ਜਦ ਫੋਰ ਐਗਜ਼ਾਮਪਲ ਹਸਬੈਂਡ ਐਂਡ ਵਾਈਫ ਦੋਨੋਂ ਕੰਮ ਕਰਦੇ ਹਾਂ, ਜੇ ਮੈਨੂੰ ਕੁਛ ਹੋ ਜਾਂਦਾ ਤਾਂ ਕੱਲ੍ਹ ਨੂੰ ਪੂਰਾ ਬਰਡਨ ਇਸਦੇ ਉੱਪਰ ਆ ਜਾਏਗਾ, ਹੈ ਨਾ, ਤਾਂ ਉਹ ਸਿਕਿਉਰਿਟੀ ਬਹੁਤ ਜ਼ਰੂਰੀ ਹੁੰਦੀ ਹੈ। ਠੀਕ ਹੈ ਜੀ, ਤੁਹਾਡਾ ਬਹੁਤ ਧੰਨਵਾਦ ਜੀ, ਥੈਂਕ ਯੂ ਫੋਰ ਯੋਰ ਟਾਈਮ। ਥੈਂਕ ਯੂ।